ਗਿਆਨ ਦੀ ਨਗਰੀ ਚੈਨਲ ਵਿੱਚ ਇਸ ਵਕਤ ਸਭ ਦੋਸਤਾਂ ਦਾ। ਤੋ ਦੋਸਤੋ, ਇੱਕ ਛੋਟਾ ਜਿਹਾ ਵੀਡੀਓ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮੌਤ ਤੇ ਰੱਬ ਦੋਨੋਂ ਅਸਲ ਸੱਚਾਈ ਹੈ ਜ਼ਿੰਦਗੀ ਦੀ, ਮੌਤ ਵੀ ਤੇ ਰੱਬ ਵੀ। ਮੌਤ ਹਰ ਇੱਕ ਦੇ ਉੱਪਰ ਖੜੀ ਹੈ ਤੇ ਰੱਬ ਹਰ ਇੱਕ ਦੇ ਨਾਲ ਹੈ। ਇਹਨਾਂ ਦੋਨਾਂ ਨੂੰ ਜਿਹੜਾ ਵਿਅਕਤੀ ਯਾਦ ਰੱਖਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੈਦਾਨ ਦੇ ਵਿੱਚ ਹਾਰਦਾ ਨਹੀਂ। ਉਹ ਜ਼ਿੰਦਗੀ ਦੀ ਜਿਹੜੀ ਇਹ ਜੰਗ ਹੈ ਇਸ ਨੂੰ ਜਿੱਤ ਕੇ ਫਿਰ ਉਸ ਮਾਲਕ ਦੇ ਕੋਲ ਜਾਂਦਾ ਜਿਸ ਮਾਲਕ ਨੇ ਉਸਨੂੰ ਇੱਥੇ ਭੇਜਿਆ ਹੈ। ਮੌਤ ਹਰ ਇੱਕ ਵਿਅਕਤੀ ਨੂੰ ਆਉਣੀ ਹੈ, ਪਰ ਵਿਅਕਤੀ ਨੂੰ ਯਾਦ ਨਹੀਂ, ਉਹ ਇਸ ਨੂੰ ਯਾਦ ਨਹੀਂ ਕਰਦਾ। ਉਹ ਮਾਲਕ ਦੀ ਬੰਦਗੀ ਇਬਾਦਤ ਸਿਮਰਨ ਨਹੀਂ ਕਰਦਾ, ਕਿਉਂਕਿ ਉਹ ਮੌਤ ਨੂੰ ਭੁੱਲ ਗਿਆ। ਉਹ ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਇੰਨਾ ਜ਼ਿਆਦਾ ਫਸਿਆ ਕਿ ਇਹਨੂੰ ਮੌਤ ਯਾਦ ਨਹੀਂ ਅਤੇ ਨਾ ਹੀ ਉਹਨੂੰ ਰੱਬ ਯਾਦ ਹੈ। ਲੋਕ ਕਿੱਡੇ ਕਿੱਡੇ ਗੁਨਾਹ ਕਰਦੇ ਨੇ, ਪਾਪ ਕਰ ਲੈਂਦੇ ਨੇ, ਉਹ ਇਹ ਨਹੀਂ ਦੇਖਦੇ ਕਿ ਰੱਬ ਸਾਨੂੰ ਦੇਖ ਰਿਹਾ ਹੈ, ਕਿਉਂਕਿ ਉਹਨਾਂ ਨੂੰ ਰੱਬ ਯਾਦ ਨਹੀਂ, ਰੱਬ ਦਾ ਡਰ ਹੈ ਨਹੀਂ। ਮੌਤ ਹਰ ਇੱਕ ਨੂੰ ਆਉਣੀ ਹੈ। ਪੀਰ ਫਕੀਰ ਜਦੋਂ ਬਲੀ ਨੇ ਇੱਥੇ ਰਹਿ ਅਤੇ ਤੁਸੀਂ ਅਤੇ ਅਸੀਂ ਕੌਣ, ਸਭ ਨੇ ਜਾਣਾ, ਆਪੋ ਆਪਣੀ ਬਾਰੀ, ਇੱਥੋਂ ਜਾਣਾ ਪੈਣਾ। ਕਹਿੰਦੇ ਨੇ ਕਿ ਮੌਤ ਜਿਹੜੀ ਉਹ ਤਿੰਨ ਸੱਸਿਆਂ ਕਰਕੇ ਆਉਂਦੀ ਹੈ। ਤਿੰਨ ਸੱਸਿਆਂ ਕਰਕੇ ਵਿਅਕਤੀ ਨੂੰ ਮੌਤ ਆਉਂਦੀ। ਨੰਬਰ ਇੱਕ, ਪਹਿਲੇ ਸੱਸੇ 'ਤੇ ਸਾਹ, ਦੂਜੇ ਸੱਸੇ 'ਤੇ ਸਮਾਂ, ਤੀਜੇ ਸੱਸੇ 'ਤੇ ਸਥਾਨ। ਜਦੋਂ ਸਾਹ ਆਖਰੀ ਹੋਵੇ, ਸਮਾਂ ਸਹੀ ਹੋਵੇ ਅਤੇ ਸਥਾਨ ਵੀ ਸਹੀ ਹੋਵੇ ਤਾਂ ਫਿਰ ਮੌਤ ਆਉਂਦੀ ਹੈ। ਸਾਹ ਚੱਲਦੇ ਹੋਣ 'ਤੇ ਕਈ ਵਾਰ ਇੱਦਾਂ ਹੁੰਦਾ ਕਿ ਸਾਹ ਜਿਹੜੇ ਵਿਅਕਤੀ ਨੂੰ ਉਹ ਘੱਟ ਆਉਂਦੇ ਹੁੰਦੇ ਨੇ, ਪਰ ਉਹਦਾ ਸਮਾਂ ਅਤੇ ਸਥਾਨ ਨਹੀਂ ਸਹੀ ਹੁੰਦਾ, ਫਿਰ ਵੀ ਮੌਤ ਨਹੀਂ ਆਉਂਦੀ। ਅਤੇ ਕਈ ਵਾਰੀ ਵਿਅਕਤੀ ਇੱਦਾਂ ਹੁੰਦਾ ਹੈ ਕਿ ਉਹਦੇ ਸਾਹ ਵੀ ਘੱਟ ਜਾਂਦੇ ਨੇ ਅਤੇ ਸਮਾਂ ਵੀ ਆਇਆ ਹੁੰਦਾ ਪਰ ਸਥਾਨ ਨਹੀਂ ਸਹੀ ਹੁੰਦਾ। ਕਈ ਵਾਰੀ ਹੋਸਪਿਟਲ ਦੇ ਵਿਅਕਤੀ ਹੁੰਦਾ, ਘਰੇ ਲਿਆਉਂਦੇ, ਨਾਲੇ ਉਹ ਸਥਾਨ ਮਿਲ ਜਾਂਦਾ ਅਤੇ ਮੌਤ ਆ ਜਾਂਦੀ ਹੈ। ਤੋ ਹਰ ਵਕਤ ਉਸ ਖੁਦਾ ਨੂੰ ਯਾਦ ਰੱਖਣਾ ਜ਼ਰੂਰੀ ਹੈ, ਮਾਲਿਕ ਨੂੰ, ਉਹਦੀ ਬੰਦਗੀ ਕਰੋ ਜਿਹਨੇ ਆਪਾਂ ਨੂੰ ਇੱਥੇ ਭੇਜਿਆ। ਫਿਰ ਆਪਾਂ ਨੂੰ ਜੇ ਮੌਤ ਵੀ ਆਵੇਗੀ ਉਹ ਦੁੱਖ ਵਾਲੀ ਨਹੀਂ ਹੋਵੇਗੀ, ਸੁੱਖ ਵਾਲੀ ਹੋਵੇਗੀ। ਕਹਿੰਦੇ ਨੇ ਕਿ ਜਦੋਂ ਵਿਅਕਤੀ ਆਉਂਦਾ ਅਤੇ ਉਹ ਇਸ ਮਾਲਕ ਦੇ ਨਾਲ ਵਾਅਦਾ ਕਰਕੇ ਆਉਂਦਾ ਕਿ ਅਸੀਂ ਤੇਰਾ ਨਾਮ ਜਪਾਂਗੇ, ਅਤੇ ਜਦੋਂ ਜਾਂਦਾ ਅਤੇ ਉਹ ਜਦੋਂ ਨਾਮ ਨਹੀਂ ਜਪਦਾ, ਆਪਣੇ ਕੰਮਾਂ ਦੇ ਵਿੱਚ ਪਿਆ ਰਹਿੰਦਾ ਅਤੇ ਫਿਰ ਤੰਗ ਹੋ ਕੇ ਜਾਂਦਾ। ਅਤੇ ਇਸ ਕਰਕੇ ਨਾਮ ਜਿੰਨਾ ਹੋ ਸਕੇ ਉਸ ਮਾਲਕ ਦੀ ਬੰਦਗੀ ਦੇ ਨਾਲ ਜੁੜੋ, ਇਹ ਦੁਨਿਆਵੀ ਕੰਮਾਂ ਦੇ ਨਾਲ ਨਾਲ ਉਸ ਖੁਦਾ ਦੀ ਬੰਦਗੀ ਕੀਤੀ ਜਾਵੇ ਅਤੇ ਉਹ ਮਾਲਕ ਨੂੰ ਯਾਦ ਰੱਖਿਆ ਜਾਵੇ। ਦੋ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ, ਮੌਤ ਅਤੇ ਰੱਬ। ਇਹਨਾਂ ਦੋਨਾਂ ਗੱਲਾਂ ਦੇ ਵਿੱਚ ਸਬਰ ਹੈ। ਫਿਰ ਪਤਾ ਹੈ ਕਿ ਮੌਤ ਇੱਕ ਦਿਨ ਆਉਣੀ ਹੈ ਅਤੇ ਪਤਾ ਹੈ ਜੋ ਕਰਨਾ ਰੱਬ ਨੇ ਕਰਨਾ ਉਹ ਸਹੀ ਹੋਵੇਗਾ, ਉਹਦਾ ਕਾਨੂੰਨ ਕਦੀ ਗਲਤ ਨਹੀਂ ਹੋ ਸਕਦਾ। ਤੋ ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।